ਭਗਵੰਤ ਮਾਨ ਕੈਬਨਿਟ ਦੇ ਨਵੇਂ ਮੰਤਰੀਆਂ ਨੂੰ ਸਰਕਾਰੀ ਰਿਹਾਇਸ਼ਾਂ ਅਲਾਟ ਕਰਵਾਉਣ ਦੇ ਲਈ ਸਾਬਕਾ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਖਾਲੀ ਕਰਨ ਦੇ ਲਈ ਕਿਹਾ ਗਿਆ ਪਰ ਹੁਣ ਇਹਨਾਂ ਸਰਕਾਰੀ ਰਿਹਾਇਸ਼ਾਂ ਦੇ ਵਿੱਚੋਂ ਫਰਨੀਚਰ ਸਮੇਤ ਹੋਰ ਸਹੂਲਤ ਦਾ ਸਮਾਨ ਘੱਟ ਮਿਲਿਆ ਹੈ ਜਿਸ ਸੰਬੰਧੀ ਵਿਧਾਨ ਸਭਾ ਸਕੱਤਰੇਤ ਨੂੰ ਪੱਤਰ ਲਿਖ ਕੇ ਸੂਚਿਤ ਵੀ ਕਰ ਦਿੱਤਾ ਗਿਆ ਇਸ ਸਮਾਨ ਦੀ ਕੀਮਤ ਲੱਖਾਂ ਦੇ ਵਿੱਚ ਦੱਸੀ ਜਾ ਰਹੀ ਹੈ ਹਾਲਾਂਕਿ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਹੈ ਕਿ ਕੋਠੀ ਦੀ ਚਾਬੀਆਂ ਉਹਨਾਂ ਦੇ ਕੋਲ ਹੀ ਹਨ ਤੇ ਜੇਕਰ ਕਿਸੇ ਦੇ ਵੱਲੋਂ ਸਮਾਨ ਦਾ ਮਿਲਾਨ ਕਰਨਾ ਹੈ ਤਾਂ ਉਹ ਆਰਾਮ ਦੇ ਨਾਲ ਕਰ ਸਕਦਾ ਹੈ ਇਸ ਪੂਰੀ ਖਬਰ ਤੇ ਸਾਡੇ ਪੱਤਰਕਾਰ ਦਿਨੇਸ਼ ਗੋਇਲ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਸੀਂ ਇਸ ਸਮੇਂ ਚੰਡੀਗੜ੍ਹ ਸੈਕਟਰ 2 ਜੋ ਕਿ VIP ਸੈਕਟਰ ਹੈਗਾ ਇੱਥੇ ਮੰਤਰੀ ਅਤੇ ਮੁੱਖ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਹੈਗੀਆਂ ਅਸੀਂ ਇਸ ਸਮੇਂ ਸੈਕਟਰ 2 47 ਨੰਬਰ ਕੋਠੀ ਦੇ ਬਾਹਰ ਖੜ੍ਹੇ ਹਾਂ ਮੇਰਾ ਕੈਮਰਾਮੈਨ ਤੁਹਾਨੂੰ ਕੋਠੀ ਨੰਬਰ 47 ਦਿਖਾ ਰਿਹਾ ਹੋਣਾ ਇਹ ਜਿਹੜੀ ਕੋਠੀ ਸੀਗੀ ਇਹ ਮਨਪ੍ਰੀਤ ਬਾਦਲ ਦੇ ਨਾਮ 'ਤੇ ਲਾਟ ਸੀਗੀ ਮਨਪ੍ਰੀਤ ਬਾਦਲ ਜਿਹੜੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸਨ ਉਹਨਾਂ ਦੇ ਨਾਮ 'ਤੇ ਇਹ ਕੋਠੀ ਜਿਹੜੀ ਆ ਲਾਟ ਸੀਗੀ ਔਰ ਉਹ ਇਲੈਕਸ਼ਨ ਹਾਰ ਗਏ ਨੇ ਅਤੇ ਹੁਣ ਉਹਨਾਂ ਨੂੰ ਜਿਸ ਕਰਕੇ ਕੋਠੀ ਇਹ ਖਾਲੀ ਕਰਨੀ ਪਈ ਹੈ ਪਰ ਇਸ ਕੋਠੀ ਵਿੱਚੋਂ ਕਹਿੰਦੇ ਆ ਜਦੋਂ ਉਹਨਾਂ ਨੇ ਖਾਲੀ ਕੀਤੀ ਤਾਂ ਇਸ 'ਚੋਂ ਬਹੁਤ ਜ਼ਿਆਦਾ ਸਮਾਨ ਜਿਹੜਾ ਸਰਕਾਰੀ ਉਹ ਸਮਾਨ ਜਿਹੜਾ ਉਹ ਗਾਇਬ ਹੋ ਗਿਆ ਉਹ ਜਦੋਂ ਨਵੇਂ ਵਿੱਤ ਮੰਤਰੀ ਜਿਹੜੇ ਨਵੇਂ ਵਿੱਤ ਮੰਤਰੀ ਆ ਹਰਪਾਲ ਚੀਮਾ ਜੀ ਉਹਨਾਂ ਨੂੰ ਇਹ ਹੁਣ ਕੋਠੀ ਲਾਟ ਹੋਈ ਆ ਜਦੋਂ ਕਬਜ਼ਾ ਲੈਣ ਆਏ ਜਾਂ ਡਿਪਾਰਟਮੈਂਟ ਦੇ ਲੋਕਾਂ ਨੇ ਜਦੋਂ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਇਸ ਵਿੱਚੋਂ ਬਹੁਤ ਜ਼ਿਆਦਾ ਸਰਕਾਰੀ ਸਮਾਨ ਜਿਹੜਾ ਹੈ ਉਹ ਗਾਇਬ ਹੈਗਾ ਜਿਹੜਾ ਸਰਕਾਰੀ ਸਮਾਨ ਗਾਇਬ ਹੈਗਾ ਉਸਦੀ ਲਿਸਟ ਬਣਾ ਕੇ ਵਿਧਾਨ ਸਭਾ ਦੇ ਜਿਹੜੇ ਸਚਿਵ ਹੈਗੇ ਨੇ ਸੈਕਟਰੀ ਹੈਗੇ ਨੇ ਉਹਨਾਂ ਨੂੰ ਉਹ ਲਿਸਟ ਸੌਂਪ ਦਿੱਤੀ ਗਈ ਆ ਔਰ ਦੱਸਿਆ ਜਾ ਰਿਹਾ ਹੈ ਵੀ ਜਿਹੜੀ ਇਸ ਕੋਠੀ ਵਿੱਚੋਂ ਇੱਕ ਡਾਇਨਿੰਗ ਟੇਬਲ ਜਿੱਥੇ ਬੈਠ ਕੇ ਖਾਣਾ ਖਾਂਦੇ ਸੀਗੇ ਉਸਦੇ ਨਾਲ 10 ਕੁਰਸੀਆਂ ਸੀ ਬਹੁਤ ਵੱਡਾ ਡਾਇਨਿੰਗ ਟੇਬਲ ਸੀਗਾ ਉਹ ਕਹਿ ਰਿਹਾ ਉਹ ਮਿਲਿਆ ਨਹੀਂ ਹੈ 10 ਕੁਰਸੀਆਂ ਵੀ ਨਹੀਂ ਮਿਲੀ ਉਹ ਡਾਇਨਿੰਗ ਟੇਬਲ ਵੀ ਨਹੀਂ ਮਿਲਿਆ ਜਿਹੜੀ ਲਿਸਟ ਹੈ ਉਸ ਵਿੱਚ ਇਹ ਦੋਨੋਂ ਚੀਜ਼ਾਂ ਗਾਇਬ ਹੈਗੀਆਂ ਜਿਸ ਦੀ ਸੂਚਨਾ ਵਿਧਾਨ ਸਭਾ ਦੇ ਸੈਕਟਰੀ ਨੂੰ ਦੇ ਦਿੱਤੀ ਗਈ ਆ ਇਸ ਤੋਂ ਇਲਾਵਾ ਦੱਸਿਆ ਇਹ ਜਾ ਰਿਹਾ ਇੱਕ ਸਰਵਿਸ ਟਰਾਲੀ ਸੀਗੀ ਸਰਵਿਸ ਟਰਾਲੀ ਉਹ ਸੀਗੀ ਜਿਸ ਦੇ ਉੱਤੇ ਰੱਖ ਕੇ ਖਾਣਾ ਜਾਂ ਅਦਰ ਕੋਈ ਚੀਜ਼ ਜਿਹੜੀ ਆ ਉਹ ਸਰਵ ਕੀਤੀ ਜਾਂਦੀ ਸੀ ਉਹ ਵੀ ਇੱਥੋਂ ਗਾਇਬ ਹੈਗੀ ਆ ਔਰ ਅਤੇ ਇੱਕ ਹੋਰ ਵੀ ਕਈ ਆਈਟਮਾਂ ਜਿਹੜੀਆਂ ਗਾਇਬ ਹੈਗੀਆਂ ਜਿਸ ਵਿੱਚ ਸਰਵਿਸ ਟਰਾਲੀ ਅਤੇ ਡਾਇਨਿੰਗ ਟੇਬਲ 10 ਕੁਰਸੀਆਂ ਅਤੇ ਹੋਰ ਕਈ ਚੀਜ਼ਾਂ ਮਤਲਬ ਕਿ ਗਾਇਬ ਹੈਗੀਆਂ ਜਿਹੜੀ ਕਿ ਲਿਸਟ ਜਿਹੜੀ ਆ ਉਹ ਵਿਧਾਨ ਸਭਾ ਦੇ ਸੈਕਟਰੀ ਨੂੰ ਜਿਹੜੀ ਆ ਉਹ ਸੌਂਪੀ ਗਈ ਆ ਜਿਸ ਵਿੱਚ ਇਹ ਜਿਹੜੀਆਂ ਮੇਨ ਚੀਜ਼ਾਂ ਹੈਗੀਆਂ ਜਿਹੜੀ ਅਸੀਂ ਤੁਹਾਨੂੰ ਦੱਸਿਆ ਅਤੇ ਇਸ ਦੇ ਬਾਰੇ ਹੁਣ ਜਿਹੜੀ ਆ ਅੱਗੇ ਕਾਰਵਾਈ ਜਿਹੜੀ ਆ ਉਹ ਚੱਲ ਰਹੀ ਆ ਮਤਲਬ ਵਿੱਤ ਮੰਤਰੀ ਸਾਹਿਬ ਨੂੰ ਇਹ ਪੁੱਛਿਆ ਜਾਏਗਾ ਜਿਹੜੇ ਸਾਬਕਾ ਵਿੱਤ ਮੰਤਰੀ ਸਾਹਿਬ ਨੇ ਵੀ ਉਹਨਾਂ ਨੇ ਇਹ ਚੀਜ਼ਾਂ ਕਿੱਦਾਂ ਉਹ ਜਦੋਂ ਇਹ ਕੋਠੀ ਖਾਲੀ ਕਰ ਰਹੇ ਸੀਗੇ ਉਹ ਕਿਉਂ ਆਪਣੇ ਨਾਲ ਲੈ ਗਏ ਇਹ ਜਿਹੜਾ ਪੱਤਰ ਆ ਉਹਨਾਂ ਨੂੰ ਵਿਧਾਨ ਸਭਾ ਸੈਕਟਰੀ ਵੱਲੋਂ ਲਿਖਿਆ ਜਾਏਗਾ ਉਹਨਾਂ ਨੂੰ ਭੇਜਿਆ ਜਾਏਗਾ ਔਰ ਉਹਨਾਂ ਤੋਂ ਰਿਕਵਰ ਕਰਨ ਦੀ ਇਹ ਕੋਸ਼ਿਸ਼ ਕੀਤੀ ਜਾਏਗੀ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਜਿਹੜੇ ਗੁਰਪ੍ਰੀਤ ਕਾਂਗੜ ਸੀਗੇ ਉਹਨਾਂ ਤੋਂ ਵੀ ਜਿਹੜੀ ਉਹਨਾਂ ਦੀ ਕੋਠੀ ਵਿੱਚੋਂ ਵੀ ਕਈ ਚੀਜ਼ਾਂ ਗਾਇਬ ਹੈਗੀਆਂ ਹਾਲਾਂਕਿ ਗੁਰਪ੍ਰੀਤ ਕਾਂਗੜ ਜਿਹੜੇ ਆ ਉਹ ਸੈਕਟਰ 39 'ਚ ਰਹਿੰਦੇ ਸੀ ਉਹਨਾਂ ਨੂੰ ਜਿਹੜੀ ਕੋਠੀ ਲਾਟ ਸੀ ਉਹ ਸੈਕਟਰ 39 'ਚ ਸੀਗੀ ਅਤੇ ਪਰ ਗੁਰਪ੍ਰੀਤ ਕਾਂਗੜ ਸਾਹਿਬ ਨੇ ਹਾਲਾਂਕਿ ਇਹ ਕਿਹਾ ਹੈ ਕਿ ਉਹਨਾਂ ਦੀ ਕੋਠੀ ਦੀ ਚਾਬੀ ਜਿਹੜੀ ਆ ਉਹਨਾਂ ਕੋਲ ਆ ਅਤੇ ਹਾਲੇ ਉਹਨਾਂ ਦੀ ਕੋਠੀ 'ਚੋਂ ਕੋਈ ਚੀਜ਼ ਗਾਇਬ ਨਹੀਂ ਹੈਗੀ ਜਦੋਂ ਮਰਜ਼ੀ ਉਹਨਾਂ ਦੀ ਕੋਠੀ ਸਰਚ ਕਰ ਲਿੱਤੀ ਜਾਵੇ ਉਹ ਆਉਣਗੇ ਔਰ ਆਪਣੀ ਹੱਥੀ ਜਿਹੜਾ ਆ ਹਰ ਚੀਜ਼ ਉਹ ਡਿਪਾਰਟਮੈਂਟ ਨੂੰ ਹੈਂਡਓਵਰ ਕਰਨਗੇ ਜਿਹੜੀਆਂ ਵੀ ਚੀਜ਼ਾਂ ਉਹਨਾਂ ਨੂੰ ਲੋਟ ਹੈਗੀਆਂ ਉਹ ਸਾਰਾ ਕੁਛ ਉਹ ਡਿਪਾਰਟਮੈਂਟ ਨੂੰ ਲਾਟ ਕਰਨਗੇ ਪਰ ਮਨਪ੍ਰੀਤ ਬਾਦਲ ਵੱਲੋਂ ਹਾਲੇ ਅਜਿਹਾ ਕੁਛ ਨਹੀਂ ਕਿਹਾ ਗਿਆ ਉਹਨਾਂ ਨੇ ਇਸ ਮਾਮਲੇ 'ਚ ਚੁੱਪੀ ਸਾਧ ਲਿੱਤੀ ਆ ਮੈਂ ਦਿਨੇਸ਼ ਗੋਇਲ ਕੈਮਰਾਮੈਨ ਉਮਾ ਯਾਦ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ
ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374 94647 84374 94648